ਹੈਲੋ ਫਰੈਂਡਸ, ਮਾਰਕੀਟ ਵਿੱਚ ਅੱਜ ਕਈ ਦਿਨਾਂ ਬਾਅਦ ਹਰਿਆਲੀ ਲੌਟੀ ਹੈ। ਮਾਰਕੀਟ ਕੈਪ ਜਿਹੜਾ ਹੈਗਾ 996 ਬਿਲੀਅਨ, ਕਹਿਣ ਤੋਂ ਭਾਵ ਕਿ 1 ਟ੍ਰਿਲੀਅਨ ਦੇ ਨੇੜੇ ਪਹੁੰਚ ਚੁੱਕਾ ਹੈ ਤੇ ਪਿਛਲੇ 24 ਘੰਟਿਆਂ ਤੋਂ ਯਾਨੀ ਕਿ ਪਿਛਲੇ ਲਗਭਗ 1 ਦਿਨ ਤੋਂ 7.18% ਇਹਦੇ ਵਿੱਚ ਵਾਧਾ ਹੋਇਆ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਬਿਟਕੋਇਨ ਦੀ ਗੱਲ ਕਰਦੇ ਹਾਂ। ਬਿਟਕੋਇਨ ਇਸ ਵੇਲੇ $20,673 ਚੱਲ ਰਿਹਾ ਹੈ ਤੇ ਪਿਛਲੇ 24 ਘੰਟਿਆਂ ਵਿੱਚ ਇਹ 19,278 ਤੋਂ ਲੈ ਕੇ 20,702, ਕਹਿਣ ਤੋਂ ਭਾਵ ਕਿ ਲਗਭਗ 1500 ਦੀ ਜਿਹੜੀ ਇਹਦੇ ਵਿੱਚ ਰੈਲੀ ਆਈ ਹੈਗੀ ਏ ਉਹ ਵਾਧਾ ਹੋਇਆ ਹੈ ਪਿਛਲੇ 24 ਘੰਟਿਆਂ ਵਿੱਚ ਤੇ ਇਹ ਹੁਣ ਇਸ ਵੇਲੇ ਵੀ 7.16% ਉੱਪਰ ਚੱਲ ਰਿਹਾ। ਤੇ ਜੇਕਰ ਬਿਟਕੋਇਨ ਦੇ ਵਿੱਚ ਹਾਈ ਪਾਈਏ ਤੇ ਬਾਕੀ ਮਾਰਕੀਟ ਵਿੱਚ ਵੀ ਥੋੜਾ ਉਛਾਲ ਆਇਆ, ਯਾਨੀ ਕਿ ਜਿਹੜੇ ਆਪਾਂ ਕਾਫੀ ਦਿਨਾਂ ਤੋਂ ਦੇਖਦੇ ਪਏ ਸੀਗੇ ਕਿ ਮਾਰਕੀਟ ਜਿਹੜੀ ਸਾਈਡਵੇਜ਼ ਹੀ ਚੱਲਦੀ ਪਈ ਏ ਤੇ ਕੱਲ ਸ਼ਾਮ ਤੋਂ ਇਹਦੇ ਵਿੱਚ ਥੋੜਾ ਜਿਹਾ ਸੁਧਾਰ ਆਇਆ। ਸਾਰੇ ਕੋਇਨਸ ਵੀ ਲਗਭਗ ਗ੍ਰੀਨ ਜ਼ੋਨ ਵਿੱਚ ਆ ਚੁੱਕੇ ਨੇ। ਉਸੇ ਤਰ੍ਹਾਂ ਇਥੇਰੀਅਮ ਦੀ ਗੱਲ ਕੀਤੀ ਜਾਵੇ ਤਾਂ ਇਹ $1,536 ਤੇ ਟ੍ਰੇਡ ਕਰ ਰਿਹਾ ਹੈ। ਇਹ ਵੀ 1343 ਤੋਂ ਲੈ ਕੇ 1542 ਤੱਕ, ਯਾਨੀ ਕਿ ਇਹਦੇ ਵਿੱਚ ਵੀ $200 ਤੱਕ ਦਾ ਵਾਧਾ ਹੋਇਆ ਹੈ। ਤੇ ਇਸੇ ਤਰ੍ਹਾਂ ਬਾਕੀ ਕੋਇਨ ਵੀ ਜਿਵੇਂ BNB $288 ਜਿਹੜਾ ਕਿ 270-73 ਤੇ ਚੱਲ ਰਿਹਾ ਸੀਗਾ, ਡੋਜ ਕੋਇਨ $0.0 6821 ਤੇ ਉਸੇ ਤਰ੍ਹਾਂ ਬਾਕੀ ਕੋਇਨ ਵੀ ਜਿਹੜੇ ਹੈਗੇ ਆ ਕਾਫੀ ਉਹਨਾਂ ਵਿੱਚ ਥੋੜ੍ਹੀ ਜਿਹੀ ਅੱਜ ਹਰਿਆਲੀ ਆਈ ਹੈ। ਤਾਂ ਬਹੁਤ ਸਾਰੇ ਮੇਰੇ ਵੀਰ ਭਰਾਵਾਂ ਦੇ ਮਨ ਵਿੱਚ ਇਹ ਖਿਆਲ ਆਉਂਦਾ ਹੋਊਗਾ ਵੀ ਹੁਣ ਹਰਿਆਲੀ ਆ ਗਈ ਹੈ, ਕੀ ਇਹ ਇਨਵੈਸਟਮੈਂਟ ਕਰਨ ਦਾ ਰਾਈਟ ਟਾਈਮ ਹੈਗਾ? ਕੀ ਹੁਣ ਸਾਰੇ ਕੋਇਨਸ ਜਿਹੜੇ ਹੈਗੇ ਆ ਉਹ ਪੰਪ ਕਰਨਗੇ, ਉੱਪਰ ਨੂੰ ਜਾਣਗੇ? ਕੀ ਮਾਰਕੀਟ ਵਿੱਚ ਬੁੱਲ ਰਨ ਆ ਗਿਆ ਹੈ? ਤੇ ਉਹਦੇ ਲਈ ਮੈਂ ਕਹੂੰਗਾ ਕਿ ਆਪਾਂ ਨੂੰ ਥੋੜ੍ਹਾ ਜਿਹਾ ਹਜੇ ਵੇਟ ਕਰਨਾ ਪੈਣਾ, ਕਿਉਂਕਿ 2 ਨਵੰਬਰ ਨੂੰ ਫੈਡ ਦੀ ਮੀਟਿੰਗ ਹੋ ਰਹੀ ਹੈ ਇੰਟਰਸਟ ਰੇਟ ਬਾਰੇ। ਜੋ ਇੰਟਰਸਟ ਰੇਟ ਨਵੰਬਰ ਵਿੱਚ ਹਾਈਕ ਹੋਣੇ ਆ ਉਹਦਾ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਉਹ 0.5 ਤੋਂ ਲੈ ਕੇ 0.75%, ਯਾਨੀ ਕਿ ਇੰਨੀ ਉਹਦੇ ਵਿੱਚ ਵਾਧਾ ਹੋ ਸਕਦਾ ਹੈ ਇੰਟਰਸਟ ਰੇਟ ਵਿੱਚ, ਕਿਉਂਕਿ ਪਿਛਲੇ ਮਹੀਨੇ ਦਾ ਜੋ ਮਹਿੰਗਾਈ ਡਾਟਾ ਆਇਆ ਸੀਗਾ ਉਹ ਉਮੀਦ ਤੋਂ ਥੋੜ੍ਹਾ ਜਿਹਾ ਜ਼ਿਆਦਾ ਆਇਆ ਸੀ। ਤਾਂ ਇਸ ਕਰਕੇ ਇਹ ਸੰਭਾਵਨਾ ਹੈਗੀ ਹੈ ਕਿ ਇਸ ਵਾਰ ਦੁਬਾਰਾ ਫਿਰ ਜਿਹੜਾ ਫੈਡ ਹੈਗਾ ਉਹ 0.5 ਤੋਂ ਲੈ ਕੇ 0.75% ਤੱਕ ਦਾ ਜਿਹੜਾ ਇੰਟਰਸਟ ਰੇਟ ਉਹ ਵਧਾ ਸਕਦਾ ਹੈ। ਤੇ ਜਦੋਂ ਇੰਟਰਸਟ ਰੇਟ ਵੱਧਦਾ ਹੈ ਉਦੋਂ ਮਾਰਕੀਟ ਵਿੱਚ ਕੁਝ ਕਰੈਕਸ਼ਨ ਜ਼ਰੂਰ ਆਉਂਦੀ ਹੈ। ਤਾਂ ਇਸ ਲਈ ਆਪਾਂ ਨੂੰ ਥੋੜ੍ਹੀ ਵੇਟ ਕਰਨੀ ਚਾਹੀਦੀ ਹੈ ਹਜੇ 2 ਨਵੰਬਰ ਤੱਕ। 2 ਨਵੰਬਰ ਦੀ ਫੈਡ ਦੀ ਮੀਟਿੰਗ ਕੀ ਆਉਂਦੀ ਹੈ, 3 ਨਵੰਬਰ ਤੱਕ ਆਪਾਂ ਨੂੰ ਉਹਦਾ ਸਾਰਾ ਹਾਲ ਚਾਲ ਮਾਰਕੀਟ ਦਾ ਪਤਾ ਲੱਗ ਜੂਗਾ। ਤੇ ਇਸ ਕਰਕੇ ਉਦੋਂ ਮਾਰਕੀਟ ਕਾਫੀ ਵੋਲਾਟਾਈਲ ਰਹਿ ਸਕਦੀ ਹੈ। ਤੇ ਇਸ ਕਰਕੇ ਮੈਂ ਤਾਂ ਇਹੀ ਕਹਾਂਗਾ ਕਿ ਜੇਕਰ ਤੁਹਾਨੂੰ ਸ਼ਾਰਟ ਰਨ 'ਚ ਪ੍ਰੋਫਿਟ ਬਣਦਾ ਹੈਗਾ ਤਾਂ ਆਪਦਾ ਪ੍ਰੋਫਿਟ ਜ਼ਰੂਰ ਕੱਢੋ ਤੇ 2 ਨਵੰਬਰ ਤੱਕ ਆਪਦਾ ਥੋੜ੍ਹਾ ਜਿਹਾ ਹਜੇ ਹੋਰ ਵੇਟ ਕਰੋ ਆਪਦੇ ਲੌਂਗ ਟਰਮ ਜਿਹੜਾ ਤੁਸੀਂ ਇਨਵੈਸਟਮੈਂਟ ਕਰਨਾ ਹੈਗਾ ਜਾਂ ਜੋ ਵੀ ਤੁਸੀਂ ਆਪਦੇ ਟ੍ਰੇਡ ਵਗੈਰਾ ਲੈਣੇ ਹੈਗੇ। ਤਾਂ ਅੱਜ ਦੀ ਸ਼ਾਰਟ ਅਪਡੇਟ ਵਿੱਚ ਇੰਨਾ ਹੀ। ਬਾਕੀ ਵੀਡੀਓਜ਼ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਪਾਂ ਜਲਦੀ ਤੋਂ ਜਲਦੀ ਜਿਹੜਾ ਟੈਕਨੀਕਲ ਅਨਾਲਿਸਿਸ ਦੀ ਸੀਰੀਜ਼ ਹੈਗੀ ਹੈ ਉਹ ਲੈ ਕੇ ਆਈਏ ਤੇ ਉਹਦੇ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਵਾਈਏ। ਥੈਂਕ ਯੂ।